ਹੈਲੋ ਜੀ, ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਆਪਾਂ ਬਣਾਵਾਂਗੇ ਮੇਥੀ ਪਨੀਰ ਮਲਾਈ ਦੀ ਸਬਜ਼ੀ। ਮੇਥੀ ਮਟਰ ਮਲਾਈ ਤਾਂ ਤੁਸੀਂ ਬਹੁਤ ਖਾਧੀ ਹੋਣੀ ਹੈ, ਇੱਕ ਵਾਰੀ ਇਹ ਸਬਜ਼ੀ ਜ਼ਰੂਰ ਟਰਾਈ ਕਰਿਓ। ਮੇਰੀ ਵੀਡੀਓ ਅਗਰ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਇਹਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਤਾਂ ਹਾਂ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਇੱਥੇ ਮੇਥੀ ਮਟਰ ਮਲਾਈ ਬਣਾਉਣ ਲਈ ਆਪਾਂ ਲਵਾਂਗੇ ਇੱਕ ਕੜਾਹੀ, ਅਤੇ ਉਹਦੇ ਵਿੱਚ ਪਾਵਾਂਗੇ ਇੱਕ ਕੜਛੀ ਤੇਲ ਦੀ। ਜਦੋਂ ਆਪਣਾ ਤੇਲ ਹਲਕਾ ਜਿਹਾ ਗਰਮ ਹੋ ਗਿਆ ਤਾਂ ਆਪਾਂ ਪਾਵਾਂਗੇ ਜੀਰਾ। ਜੀਰਾ ਹਲਕਾ ਜਿਹਾ ਭੁੰਨਣ ਤੋਂ ਬਾਅਦ 'ਚ ਇਸ 'ਚ ਪਾ ਦਾਂਗੇ ਇੱਕ ਵੱਡਾ ਪਿਆਜ਼, ਜਿਹਨੂੰ ਆਪਣੇ ਬਰੀਕ ਬਰੀਕ ਕੱਟਿਆ ਹੋਇਆ ਹੈ। ਤੁਸੀਂ ਚਾਹੋ ਤਾਂ 2 ਮੀਡੀਅਮ ਸਾਈਜ਼ ਦੇ ਪਿਆਜ਼ ਵੀ ਲੈ ਸਕਦੇ ਹੋ। ਇਹਨੂੰ ਆਪਾਂ ਨੇ ਉਦੋਂ ਤੱਕ ਭੁੰਨਣਾ ਜਦੋਂ ਇਹਦਾ ਕਲਰ ਹਲਕਾ ਜਿਹਾ ਗੋਲਡਨ ਨਹੀਂ ਹੋ ਜਾਂਦਾ। ਜਦੋਂ ਹਲਕਾ ਜਿਹਾ ਗੋਲਡਨ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ, ਅਦਰਕ ਅਤੇ ਲਸਣ ਦਾ ਪੇਸਟ। ਮੈਂ ਇਹਨੂੰ ਹੈਂਡ ਚੋਪਰ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਚੋਪ ਕਰ ਲਿਆ ਸੀਗਾ, ਅਤੇ ਇਹਨੂੰ ਆਪਾਂ ਭੁੰਨਣ ਦੇ ਲਈ ਇਹਦੇ ਵਿੱਚ ਪਾਵਾਂਗੇ 1/2 ਚਮਚ ਆਪਾਂ ਨਮਕ ਦਾ। ਨਮਕ ਪਾ ਕੇ ਇਹਨੂੰ ਢੱਕ ਕੇ ਆਪਾਂ 1 ਮਿੰਟ ਲਈ ਪੱਕਣ ਲਈ ਛੱਡ ਦੇਣਾ, ਤਾਂ ਕਿ ਇਹਦਾ ਕੱਚਾਪਨ ਜਿਹੜਾ ਉਹ ਚੰਗੀ ਤਰ੍ਹਾਂ ਨਿਕਲ ਜਾਵੇ। ਫਿਰ ਪਾਵਾਂਗੇ ਆਪਾਂ ਹਲਦੀ, ਨਮਕ ਟੇਸਟ ਦੇ ਅਕੋਰਡਿੰਗ ਪਾਵਾਂਗੇ। ਮੈਂ 2 ਚਮਚ ਪਾਏ ਸੀਗੇ, ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਲਿਓ। ਇਹਨੂੰ ਕਰਾਂਗੇ ਮਿਕਸ। ਉਸ ਤੋਂ ਬਾਅਦ 'ਚ ਪਾਵਾਂਗੇ ਕਾਲੀ ਮਿਰਚ, ਧਨੀਆ ਪਾਊਡਰ ਅਤੇ ਦੇਗੀ ਮਿਰਚ ਪਾਵਾਂਗੇ ਆਪਾਂ ਇਹਦੇ ਵਿੱਚ। ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਹਿਲਾਂ। ਮਿਕਸ ਕਰਨ ਤੋਂ ਬਾਅਦ 'ਚ ਇਹਦੇ ਵਿੱਚ ਆਪਾਂ 2 ਚਮਚ ਪਾਵਾਂਗੇ ਪਾਣੀ ਦੇ, ਤਾਂ ਕਿ ਆਪਣੇ ਮਸਾਲੇ ਆ ਜਿਹੜੇ ਉਹ ਚੰਗੀ ਤਰ੍ਹਾਂ ਭੁੰਨ ਹੋ ਜਾਣ ਅਤੇ ਜਲਣ ਨਾ ਮਸਾਲੇ ਆਪਣੇ। ਇਸ ਕਰਕੇ ਆਪਾਂ ਇਹਦੇ 'ਚ 2 ਚਮਚ ਪਾਣੀ ਪਾ ਕੇ ਇਹਨੂੰ ਢੱਕ ਕੇ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਇਹ ਆਪਣਾ ਘੀ ਨਾ ਛੱਡ ਦੇਣ ਮਸਾਲੇ। ਜਦੋਂ ਮਸਾਲੇ ਪੱਕ ਗਏ ਫਿਰ ਪਾਵਾਂਗੇ ਇਹ 'ਚ ਆਪਾਂ ਮੇਥੀ। ਮੇਥੀ ਦੀ ਮੈਂ ਇੱਕ ਗੁੱਛੀ ਲਿੱਤੀ ਸੀਗੀ, ਅਤੇ ਇਹਨੂੰ ਚੰਗੀ ਤਰ੍ਹਾਂ ਕੱਟ ਕੇ ਧੋ ਕੇ ਇੱਕ ਜਾਲੀਦਾਰ ਭਾਂਡੇ 'ਚ ਕੱਢ ਕੇ ਮੈਂ ਇਹਦਾ ਪਾਣੀ ਹੈ ਜਿਹੜਾ ਉਹ ਨਿਚੋੜ ਲਿਆ ਸੀਗਾ। ਅਤੇ ਇਹਨੂੰ ਆਪਾਂ ਨੇ ਸਿੱਧਾ ਪਾਣੀ 'ਚੋਂ ਕੱਢ ਕੇ ਨਹੀਂ ਪਾਉਣਾ, ਕਿਉਂਕਿ ਮੇਥੀ ਦੇ ਨਾਲ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਹੈ ਫਿਰ ਕੜਾਹੀ ਦੇ ਵਿੱਚ, ਫਿਰ ਪਾਣੀ ਪਾਣੀ ਜਿਹਾ ਹੋ ਜਾਣਾ। ਇਸ ਕਰਕੇ ਇਹਨੂੰ ਨਿਚੋੜ ਕੇ ਹੀ ਪਾਉਣਾ ਆਪਾਂ ਨੇ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਨੇ ਇਹਨੂੰ ਢੱਕ ਕੇ ਪੱਕਣ ਲਈ ਫਿਰ ਛੱਡ ਦੇਣਾ ਹੈ, ਤਾਂ ਕਿ ਮੇਥੀ ਹੈ ਜਿਹੜੀ ਉਹ ਪੱਕ ਜਾਵੇ। ਮੇਥੀ ਛੇਤੀ ਪੱਕ ਜਾਂਦੀ ਹੈ, ਇਹਨੂੰ ਟਾਈਮ ਨਹੀਂ ਲੱਗਦਾ, 1-2 ਮਿੰਟ 'ਚ ਹੀ ਹੁਣ ਆਪਣੀ ਮੇਥੀ ਜਿਹੜੀ ਆ ਉਹ ਪੱਕ ਗਈ ਹੈ। ਇਹਦੇ ਬਾਅਦ 'ਚ ਹੁਣ ਆਪਾਂ ਇਹਦੇ 'ਚ ਪਾਵਾਂਗੇ ਆਪਣਾ ਬਰੀਕ ਕੱਟਿਆ ਹੋਇਆ ਪਨੀਰ। ਪਨੀਰ ਪਾ ਕੇ ਵੀ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਕੇ ਜਿਹੇ ਹੱਥਾਂ ਨਾਲ ਮਿਕਸ ਕਰਾਂਗੇ, ਤਾਂ ਕਿ ਆਪਣਾ ਪਨੀਰ ਹੈ ਜਿਹੜਾ ਉਹ ਭੁਰਿਆ ਨਾ, ਪਨੀਰ ਸੌਫਟ ਹੁੰਦਾ ਹੈ। ਅਤੇ ਇਹਦੇ ਵਿੱਚ ਆਪਾਂ 1/2 ਕੱਪ ਪਾਵਾਂਗੇ ਦੁੱਧ ਦਾ। ਦੁੱਧ ਮੈਂ ਇਸ 'ਚ ਤਾਂ ਪਾਇਆ ਤਾਂ ਕਿ ਜਿਹਦੇ 'ਚ ਹਲਕਾ ਜਿਹਾ ਮੋਇਸਚਰ ਆ ਜਾਵੇ, ਕਿਉਂਕਿ ਪਨੀਰ ਫੁੱਲਦਾ ਵੀ ਹੁੰਦਾ ਹੈ ਹਮੇਸ਼ਾ ਹੀ। ਇਸ ਕਰਕੇ ਮੈਂ 'ਚ ਪਾਇਆ, ਮੈਂ 1/2 ਕੱਪ ਲਿੱਤਾ ਸੀਗਾ, ਮੈਂ ਥੋੜ੍ਹਾ ਥੋੜ੍ਹਾ ਕਰਕੇ ਪਾਇਆ ਤਾਂ ਕਿ ਜ਼ਿਆਦਾ ਨਾ ਪੈ ਜਾਵੇ ਇੱਕਦਮ ਤੋਂ। ਫਿਰ ਉਹਨੂੰ ਹਾਈ ਫਲੇਮ 'ਤੇ ਕਰਕੇ ਆਪਾਂ ਨੂੰ ਜ਼ਿਆਦਾ ਪਕਾਉਣਾ ਪੈਂਦਾ ਹੈ ਸਬਜ਼ੀ ਨੂੰ। ਫਿਰ ਇਹਨੂੰ ਢੱਕ ਕੇ ਆਪਾਂ ਛੱਡ ਦਾਂਗੇ ਪੱਕਣ ਲਈ 1-2 ਮਿੰਟ ਲਈ, ਤਾਂ ਕਿ ਪਨੀਰ ਦੇ ਵਿੱਚ ਚੰਗੀ ਤਰ੍ਹਾਂ ਮਸਾਲੇ ਆ ਜਿਹੜੇ ਉਹ ਮਿਕਸ ਹੋ ਜਾਣ। ਫਿਰ ਮੈਂ ਇੱਥੇ ਪਾਈ ਆਪਣੀ ਘਰ ਦੀ ਬਣੀ ਹੋਈ ਕਰੀਮ। ਮੈਂ ਇਹਨੂੰ ਘਰ ਦੇ ਜਿਹੜੀ ਦੁੱਧ ਤੋਂ ਆਪਣੀ ਮਲਾਈ ਉਤਰਦੀ ਉਹਦੇ ਨਾਲ ਬਣਾਇਆ ਸੀਗਾ। ਕਾਜੂ ਪਾ ਕੇ ਵਿੱਚ 1 ਚਮਚ ਦੁੱਧ ਪਾ ਕੇ ਬਲੈਂਡਰ ਨਾਲ ਬਲੈਂਡ ਕਰਕੇ, ਇਹ ਮਾਰਕੀਟ ਵਾਲੀ ਕਰੀਮ ਨਾਲ ਤੋਂ ਵੀ ਜ਼ਿਆਦਾ ਵਧੀਆ ਬਣਦੀ ਆ। ਫਿਰ ਇਹਨੂੰ ਆਪਾਂ ਢੱਕ ਕੇ 1-2 ਮਿੰਟ ਲਈ ਪਕਾਵਾਂਗੇ, ਤਾਂ ਕਿ
ਕਰੀਮ ਵੀ ਆਪਣੀ ਸਬਜ਼ੀ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਉਸ ਤੋਂ ਬਾਅਦ 'ਚ ਜਦ ਆਪਣੀ ਸਬਜ਼ੀ ਬਣ ਗਈ ਫਿਰ ਪਾਵਾਂਗੇ ਆਪਾਂ ਗਰਮ ਮਸਾਲਾ, ਉਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਮਿਕਸ ਕਰਕੇ ਅਤੇ ਉਹਨੂੰ ਢੱਕ ਦਾਂਗੇ ਅਤੇ ਇੱਥੇ ਫਲੇਮ ਆਪਾਂ ਗੈਸ ਦੀ ਬੰਦ ਕਰ ਦਾਂਗੇ, 5-7 ਮਿੰਟ ਲਈ ਛੱਡ ਦਾਂਗੇ। ਜਦੋਂ ਆਪਣੀ ਸਬਜ਼ੀ ਬਣ ਗਈ ਫਿਰ ਉਹਨੂੰ ਆਪਾਂ ਇੱਕ ਵੱਡੇ ਬਾਉਲ 'ਚ ਪਾ ਕੇ ਸਰਵ ਕਰ ਸਕਦੇ ਹਾਂ। ਅਤੇ ਉਹਨੂੰ ਮੈਂ ਵੱਡੇ ਬਾਉਲ 'ਚ ਕੱਢ ਲਿਆ ਸੀਗਾ ਅਤੇ ਜਿਹੜੀ ਮੈਂ ਥੋੜ੍ਹੀ ਜਿਹੀ ਕਰੀਮ ਹੈ ਜਿਹੜੀ ਉਹ ਬਚਾ ਲਈ ਸੀਗੀ ਤਾਂ ਕਿ ਆਪਾਂ ਬਾਅਦ 'ਚੋਂ ਉੱਪਰੋਂ ਉਹਨੂੰ ਸਜਾ ਸਕੀਏ ਚੰਗੀ ਤਰ੍ਹਾਂ। ਇਹਦੇ ਨਾਲ ਸਬਜ਼ੀ ਬਹੁਤ ਵਧੀਆ ਟੈਂਪਟਿੰਗ ਲੱਗਦੀ ਆ ਅਤੇ ਮੈਂ ਥੋੜ੍ਹੀ ਦੇਖ ਗਈ ਮਿਰਚ ਛਿੜਕੀ, ਉਹਦੇ ਨਾਲ ਸਬਜ਼ੀ ਹੋਰ ਵੀ ਵਧੀਆ ਲੱਗੀ। ਥੈਂਕ ਯੂ।